क्योंकि कल नगर कीर्तन कैंसल हो गया भोग सीगा ते अज दूसरा जेड़ा खंड पाठ खुलिया सी ओ वाला हो गया तारमने गाइस अज आलू वाले सारे उठे पकौड़े खत्म करने है मैं चले गए भोग आलू वाले हो ली ਜਾਂ ਪਤਾ ਲੈ ਕੇ ਚੱਲਦੇ ਆ ਤੇ ਦਿਖਾਉਂਦੇ ਆ ਉੱਥੇ ਕਿਆ ਕਾਰਜਕ੍ਰਮ ਚੱਲ ਰਿਹਾ ਹੈ ਤੇ ਮੈਂ ਆਪਣਾ ਬਲੈਕ ਸੂਟ ਪਾਉਣਾ ਜਿਹੜਾ ਪਿਛਲੇ ਨਗਰ ਕੀਰਤਨ ਤੇ ਪਾਇਆ ਸੀ ਜਿਹੜਾ ਮੈਂ ਪਿਛਲੇ ਨਗਰ ਕੀਰਤਨ ਤੇ ਪਾਇਆ ਸੀ ਇਹ ਵਾਲਾ ਦਿਖਾਓ ਕੱਲ ਮੈਂ ਫਰਾਕ ਪਾਈ ਸੀ ਸ਼ਨੀਲ ਦੀ ਰੈੱਡ ਜੀਨਸ ਨਾਲ ਜੀਨ ਪਾਈ ਸੀ ਗਾਇਸ ਦਰਮਨ ਨੇ ਆ ਵਾਲਾ ਪਾਉਣਾ ਆ ਵਾਲਾ ਓਕੇ ਬਾਏ ਬਾਏ ਗਾਇਸ ਇਹਨੇ ਇੱਦੀ ਲੱਗਾ ਰਹਿਣਾ ਹੈ ਪੋਪਟ ਪੋਪਟ ਕਰਦਾ ਰਹਿੰਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਹੈ ਬਾਏ ਬੱਚੋ ਬਲਦੇ ਹੋਣਾ ਪਤਾ ਨਹੀਂ ਰਾਤ ਜਾਂਦੇ ਹੋਏ ਡੇਲੀ ਵਲੌਗਸ ਨਹੀਂ ਆਇਆ ਕਰਨੇ ਡੇਲੀ ਵਲੌਗਸ ਨਹੀਂ ਆਇਆ ਕਰਨੇ ਗਾਇਸ ਹੁਣ ਡੇਲੀ ਵਲੌਗਸ ਆਇਆ ਕਰਨੇ ਪਹਿਲਾਂ ਅਸੀਂ ਬਹੁਤ ਟਾਈਮ ਹੋ ਗਿਆ ਸੀ ਇਸ ਲਈ ਅਸੀਂ ਵਲੌਗਸ ਨਹੀਂ ਪਾਉਂਦੇ ਸੀ ਕਿਉਂਕਿ ਗਾਇਸ ਇਸ ਲਈ ਅਸੀਂ ਸਕੂਲ ਜਾਣ ਲੱਗੇ ਸੀ ਗਾਇਸ ਇਸ ਲਈ ਬਾਈ ਅਸੀਂ ਪਹਿਲਾਂ ਸਕੂਲ ਜਾਂਦੇ ਸੀ ਇਸ ਲਈ ਵਲੌਗ ਨਹੀਂ ਬਣਾਉਂਦੇ ਹੁਣ ਛੁੱਟੀਆਂ ਹੋ ਗਈਆਂ ਲੋਕਡਾਊਨ ਲੱਗ ਗਿਆ ਤਾਂ ਇਸ ਕਰਕੇ ਅਸੀਂ ਵਲੌਗ ਬਣਾਉਂਗੇ ਤਾਂ ਵਲੌਗ ਆਊਗੇ ਓਕੇ ਬਾਏ ਬਾਏ ਗਾਇਸ ਬਾਅਦ ਵਿੱਚ ਮਿਲਦੇ ਹਾਂ ਪਤਾ ਨੂੰ ਮਿਲਦੇ ਆ ਤਿਆਰ ਹੋ ਕੇ ਹਲੇ ਮੈਂ ਵੀ ਤਿਆਰ ਹੋਣਾ ਜੋਤਨਾ ਵੀ ਤਿਆਰ ਹੋਣਾ ਉਹਦਾ ਸਿਰ ਵੀ ਬਾਉਣਾ ਹੈ ਅਤੇ ਤਿਆਰ ਹੋਣ ਵੇਲੇ ਪਤਾ ਨੂੰ ਮਿਲਦੇ ਆ ਅਤੇ ਚੈਨਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪਲੀਜ਼ ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਜ਼ਰੂਰ ਕਰਿਓ ਕੋਈ ਵਧੀਆ ਜਿਹਾ ਬੋਲ ਓਕੇ ਹੁਣ ਪਤਾ ਨੂੰ ਮਿਲਦੇ ਆ ਤਿਆਰ ਹੋ ਕੇ ਬਾਏ ਬਾਏ ਅਤੇ ਗਾ ਆ ਇੱਕ ਦੂਜਾ ਕਿੱਥੇ ਗਾ ਆ ਤੇ ਇੱਕ ਆਇਆ ਗਾਇਸ ਆ ਬੜੀ ਕੁੱਤੀ ਜੀ ਚੱਤਮ ਇੱਕ ਆਇਆ ਤੇ ਇੱਕ ਇਹ ਆਇਆ ਇੱਕ ਗਾਇਸ ਇਹ ਵਾਲੀ ਇੱਕ ਆਇਆ ਇੱਕ ਗਾਇਸ ਆਇਆ ਇੱਕ ਆਇਆ ਗਾਇਸ ਇਧਰ ਵੀ ਆਇਆ ਇੱਕ ਇੱਕ ਗਾਇਸ ਆਇਆ ਤੇ ਬਾਕੀ ਗਾਇਸ ਇੱਕ ਆਇਆ ਇੱਕ ਆਇਆ ਇਧਰ ਵੀ ਆਇਆ ਇੱਕ ਹੋਰ ਹੈ ਹੁਣ ਲੱਗੇ ਤੁਹਾਨੂੰ ਮਿਲਦੇ ਤਿਆਰ ਹੋ ਕੇ ਬਾਏ ਸੋ ਗਾਇਸ ਮੈਂ ਰੈਡੀ ਹੋ ਚੁੱਕੀ ਹਾਂ ਅਤੇ ਜੋ ਥੱਲੇ ਵੀ ਨਹੀਂ ਰੈਡੀ ਹੋਇਆ ਉਹਦਾ ਹਲੇ ਵੀ ਸਾਰੀ ਬਾਹਰ ਹੋਇਆ ਰੈਡੀ ਆ ਇਹ ਮੈਂ ਬਣਾਇਆ ਇਹ ਬਾਕਸ ਜੋ ਹੈ ਨਾ ਇਹ ਮੈਂ ਆਪਣਾ ਜੋ ਕਿ ਮੰਮਾ ਨੇ ਸਾਰਾ ਆਪਣਾ ਸੂੜ ਕੇ ਸਾਰਾ ਕੁਛ ਲਬੜਾ ਰੁਬੜਾ ਥੁਸ ਥੁਸ ਕੇ ਕਰਦਾ ਹੈ ਖਰਾਬ ਇਹਦਾ ਕੀ ਹਮੇਸ਼ਾ ਸਮਾਨ ਹੀ ਪਿਆ ਆ ਇਹ ਬਾਕੀ ਗਲਾਸ ਕਿੱਥੇ ਗਏ ਬਾਕੀ ਗਲਾਸ ਉਹ ਇੱਧਰਲੀ ਲਾਈਨ ਉਹ ਪਾਟ ਦਿੱਤੀ ਮੈਂ ਕਿਉਂ ਉਹ ਖੜ ਗਈ ਸੀ ਉੱਕੜ ਗਈ ਸੀ ਮੇਰੀ ਲਾਈਨ ਇਹ ਪਾਣੀ ਵਾਲਾ ਆਇਆ ਵਧੀਆ ਨਹੀਂ ਚੱਲਦਾ ਗਾਇਸ ਕਿਟ ਇਹ ਡਿਕਸ਼ਨਰੀ ਆ ਕੋਮਲ ਦੀ ਥਰਡ ਕਲਾਸ ਦੀ ਆ ਓਕੇ ਬਾਏ ਹੁਣ ਗਾਇਸ ਡਿਕਸ਼ਨਰੀ ਚੱਲੇ ਆ ਤਾਰੂ ਸਿੰਘ ਦੀ ਕੋਪਰੀ ਲਾ ਤੀ ਮੁਖਾਸ ਚੌਂਕ ਗੁਰੂ ਘਰ ਬਣਿਆ ਕਦੇ ਕਰਿਓ ਦਰਸ਼ਨ ਦਰਸ਼ ਵੀ ਕਰਕੇ ਆਇਆ ਗੁਰੂ ਘਰ ਮੈਂ ਕਿਹਾ ਇਹ ਨਹੀਂ ਗਿਆ।
ਗਾਈਸ ਹੁਣ ਆਪਾਂ ਘਰੇ ਆ ਚੁੱਕੇ ਹਾਂ ਅਤੇ ਆਪਾਂ ਤੁਹਾਨੂੰ ਮਿਲਦੇ ਅਗਲੇ ਵਲੌਗ ਦੇ ਵਿੱਚ। ਜੇ ਵਧੀਆ ਲੱਗੇ ਹੋਏ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬਾਏ, ਮਿਲਦੇ ਅਗਲੇ ਵਲੌਗ ਵਿੱਚ।